ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂ ਐਸ ਏ ਟੀ ਵੀ। ਗੱਲ ਕਰਦੇ ਹਾਂ ਕੋਵਿਡ 19 ਦੀ ਬੂਸਟਰ ਡੋਜ਼ ਦੀ। ਭਾਰਤ ਸਰਕਾਰ ਜਲਦੀ ਹੀ ਉਹਨਾਂ ਵਿਅਕਤੀਆਂ ਨੂੰ ਕੋਵਿਡ 19 ਵੈਕਸੀਨ ਦੀ ਬੂਸਟਰ ਡੋਜ਼ ਲਗਾਉਣ ਦੀ ਪ੍ਰਵਾਨਗੀ ਦੇ ਸਕਦੀ ਹੈ ਜੋ ਪੜ੍ਹਾਈ, ਕੰਮਕਾਰ, ਖੇਡਾਂ ਅਤੇ ਹੋਰ ਅਧਿਕਾਰਿਤ ਜਾਂ ਕਾਰੋਬਾਰੀ ਯਾਤਰਾ ਲਈ ਵਿਦੇਸ਼ ਜਾਣਾ ਚਾਹੁੰਦੇ ਨੇ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਇਸ ਗੱਲ 'ਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਜੋ ਵਿਅਕਤੀ ਵਿਦੇਸ਼ ਯਾਤਰਾ 'ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ ਭੁਗਤਾਨ ਕਰਕੇ ਬੂਸਟਰ ਡੋਜ਼ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਸਮੇਂ ਸਿਹਤ ਕਰਮਚਾਰੀਆਂ, ਮੁਹਰਲੀ ਕਤਾਰ 'ਚ ਸ਼ਾਮਿਲ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ 19 ਟੀਕੇ ਦੀ ਇਹਤਿਆਤੀ ਖੁਰਾਕ ਦਿੱਤੀ ਜਾ ਰਹੀ ਹੈ। ਭਾਰਤ ਨੇ ਪਲਕ ਤੋਂ ਹਰ ਹਫ਼ਤੇ 3200 ਤੋਂ ਵੱਧ ਕੌਮਾਂਤਰੀ ਉਡਾਣਾਂ ਦੀ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਗਰਮੀਆਂ ਦਾ ਸ਼ੈਡਿਊਲ ਪਲਕ ਤੋਂ ਸ਼ੁਰੂ ਹੋ ਜਾਵੇਗਾ। DGCA ਨੇ ਕਿਹਾ ਕਿ 1466 ਉਡਾਣਾਂ ਹਰ ਹਫ਼ਤੇ ਭਾਰਤੀ ਏਅਰਲਾਈਨਾਂ ਲਈ ਰੱਖੀਆਂ ਗਈਆਂ ਨੇ, ਜਦਕਿ 1783 ਜਹਾਜ਼ ਵਿਦੇਸ਼ੀ ਏਅਰਲਾਈਨਾਂ ਦੇ ਉਡਾਨ ਭਰਨਗੇ। ਗਰਮੀਆਂ ਦਾ ਸ਼ੈਡਿਊਲ 29 ਅਕਤੂਬਰ ਤੱਕ ਲਾਗੂ ਹੋਵੇਗਾ। 1466 ਉਡਾਣਾਂ ਹਰ ਹਫ਼ਤੇ 27 ਮੁਲਕਾਂ ਦੀਆਂ 43 ਥਾਵਾਂ ਉੱਤੇ ਜਾਣਗੀਆਂ। ਇੰਡੀਗੋ ਹਰ ਹਫ਼ਤੇ 505 ਜਹਾਜ਼, ਏਅਰ ਇੰਡੀਆ 361, ਸਪਾਈਸ ਜੈੱਟ 130 ਅਤੇ ਗੋਇਕਰ 74 ਉਡਾਣਾਂ ਚਲਾਏਗਾ। 40 ਮੁਲਕਾਂ ਦੀਆਂ 60 ਏਅਰਲਾਈਨਾਂ ਨੂੰ 1783 ਗੇੜਿਆਂ ਦੀ ਹਰ ਹਫ਼ਤੇ ਲਈ ਇਜਾਜ਼ਤ ਦਿੱਤੀ ਗਈ ਹੈ।